ਮੇਰੇ ਫਾਦਰ ਸਾਹਿਬ ਕਹਿੰਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਨਾ ਮਤਲਬ ਚੱਪਣੀ ਬਾਹਰ ਰਹਿ ਰਹੀ ਸੀਗੀ, ਮਤਲਬ ਦੀਵਾਰ ਟੇਢੀ ਬਣ ਗਈ। ਕਹਿੰਦੇ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ, ਉਹ ਕਹਿੰਦਾ ਵੀ ਆਹ ਤੂੰ ਕੀ ਕਰਨ ਲੱਗਿਆ? ਉਹ ਕਹਿੰਦਾ ਵੀ ਇਹ ਕੰਧ ਇਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚੱਪਣੀ ਮਤਲਬ ਬਾਹਰ ਹੈ। ਉਹ ਕਹਿੰਦੇ ਚੱਪਣੀ ਘੱਟ ਦਿਉ। ਫਾਦਰ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਾਹਿਬਜ਼ਾਦੇ ਤੇਸੀ ਮਤਲਬ ਘੱਟਦੀ ਸੀ, ਦੀਵਾਰ ਸਿੱਧੀ ਕੀਤੀ। ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਛ ਕੀਤਾ, ਅਸੀਂ ਤਾਂ ਕੁਛ ਵੀ ਨਹੀਂ ਹੋਏ। ਸਰ ਉਸ ਟਾਈਮ ਤੋਂ ਨਾ ਮੈਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਮਤਲਬ ਕਰਾਂ। ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਇੱਕ ਲਹਿਦਾ, ਮੈਂ ਇੱਕ ਉਸ ਟਾਈਮ ਹੀ ਫਾਦਰ ਦੇ ਪੈਰ ਦਵਾਉਂਦੇ ਦਵਾਉਂਦੇ ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਲਬ ਬਰਫ਼ ਦੇ ਨਾਲ ਨਹਾਈ ਕਰਾਂਗਾ ਜੀ। ਮੈਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ, ਤੈਨੂੰ ਲਹਿਦਾ ਤੇਰੇ ਭਾਅ ਦੀ ਗਰਮੀ ਤੈਨੂੰ ਪੈ ਰਹੀ, ਇੰਨੀ ਠੰਡ ਪੈ ਰਹੀ ਆ। ਤਾਂ ਮੈਂ ਕਿਹਾ ਨਹੀਂ, ਮੈਨੂੰ ਕਹਿੰਦੇ ਵੀ ਤੈਨੂੰ ਨਮੋਨੀਆ ਹੋ ਜੂ, ਤੈਨੂੰ ਮਤਲਬ ਉਹ ਦਿੱਕਤ ਆ ਜੂਗੀ ਕੋਈ। ਮੈਂ ਕਿਹਾ ਕੁਛ ਨਹੀਂ ਹੁੰਦਾ। ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮੈਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ, ਕਿਉਂ ਕੀ ਚਾਹੁੰਦਾ ਹੈ ਤੂੰ? ਤਾਂ ਉਹਨਾਂ ਨੇ ਨਾ, ਮੈਂ ਇਸ ਤਰ੍ਹਾਂ ਪਟੜੇ ਦੇ ਉੱਤੇ ਬੈਠਾ ਸੀ, ਨਹਾਉਣ ਦੀ ਤਿਆਰੀ ਕਰ ਰਿਹਾ ਸੀਗਾ, ਟੱਪ ਮੇਰੇ ਭਰੇ ਹੋਏ ਸੀ ਪਾਣੀ ਦੇ ਬਰਫ਼ ਦੇ ਨਾਲ। ਤਾਂ ਜੀ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਰੱਖ ਕੇ ਮੈਨੂੰ ਕਸਮ ਖਿਲਾਈ, ਮੈਨੂੰ ਕਹਿੰਦੇ ਤੂੰ ਚਾਹੁੰਦਾ ਕੀ ਹੈ, ਮੈਨੂੰ ਗੱਲ ਦੱਸ ਕੀ ਗੱਲ। ਫਿਰ ਮੇਰੇ ਅੱਖਾਂ 'ਚੋਂ ਉਸ ਟਾਈਮ ਮੰਜੂ ਆ ਗਏ ਸੀ। ਮੈਂ ਆਪਣੇ ਮਦਰ ਨੂੰ ਕਿਹਾ, ਦੇਖ ਬੀਬੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ, ਇਹ ਰਾਜ ਹੀ ਰਹਿਣ ਦੀ। ਕਿੰਨਾ ਸਮਾਂ ਨਹਾਉਂਦੇ ਹੋ? ਇਹ ਵੀ ਕੋਈ ਸਮਾਂ ਵੀ? ਸਰ ਇੱਕ ਘੰਟਾ ਜੀ, ਇੱਕ ਬਰਫ਼ਲਾ ਪਾਣੀ ਪਾਈ ਜਾਣਾ। ਹਾਂ ਪਾਈ। ਮੈਂ ਸਰ ਤੁਸੀਂ ਵੀਡੀਓ ਦੇਖਣਾ, ਇੱਕ ਤਾਂ ਹੁੰਦਾ ਨਾ ਸਰੀਰ ਦੇ ਉੱਤੇ ਪਾਣੀ ਗੇਰਨਾ, ਠੀਕ ਨਹੀਂ, ਮਤਲਬ ਸਰੀਰ ਗਿੱਲਾ ਕਰਨਾ, ਉਸ ਤਰ੍ਹਾਂ ਨਹੀਂ ਪ੍ਰੋਪਰ ਸਰ, ਜਿਵੇਂ ਆਪਾਂ ਗਰਮੀਆਂ ਦੇ ਵਿੱਚ ਸਾਬਣ ਲਾਉਣਾ, ਤੇਲ ਲਗਾਉਣਾ, ਮੈਂ ਉਸ ਤਰ੍ਹਾਂ ਮਤਲਬ ਕਰਦਾ। ਇਹ ਨਹੀਂ ਵੀ ਇੱਕ ਚਲੋ ਜੀ ਪਾਣੀ ਪਾ ਲਿਆ ਜੀ ਨਾਲੇ ਜੀ, ਇਹ ਨਹੀਂ। ਮੈਂ ਬਚਪਨ ਤੋਂ ਵੈਸੇ ਹਨੂੰਮਾਨ ਜੀ ਦੀ ਪੂਜਾ ਕਰਦਾ ਆ ਰਿਹਾ, ਉਹਨਾਂ ਦੇ ਵਰਤ ਰੱਖਦਾ ਸੀਗਾ, ਹੁਣ ਵੀ ਮੈਂ ਰੱਖਦਾ, ਐਸੀ ਗੱਲ ਨਹੀਂ, ਮਗਰ ਮੈਂ ਸਾਰੇ ਧਰਮਾਂ ਨੂੰ ਮਤਲਬ ਇੱਜ਼ਤ ਕਰਦਾ ਜੀ, ਮਤਲਬ ਮੰਨਦਾ। ਦਸੰਬਰ ਦਾ ਮਹੀਨਾ ਆਉਂਦਾ, 8-9 ਤਰੀਕ ਆਉਂਦੀ ਹੈ ਤਾਂ ਠੰਡ ਵੱਧ ਜਾਂਦੀ ਆ। ਹਾਂਜੀ, ਠੰਡ ਵੱਧ ਜਾਂਦੀ, ਉਦੋਂ ਮੈਨੂੰ ਇੱਕ ਦਿਨ ਹੀ ਲੱਗਦੀ ਹੈ ਜੀ, ਇੱਕ ਦਿਨ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ 21 ਤਰੀਕ ਆਉਂਦੀ ਆ, 25-26 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾਮੁਖੀ ਜਿਵੇਂ ਹੁੰਦੀ ਹੈ ਨਾ ਜੀ, ਮੈਂ ਇੱਕ ਟੀ ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦਾ ਜੀ। ਟੀ ਸ਼ਰਟ ਵਿੱਚ ਹੋ ਜਾਂਦੇ, ਫਿਰ ਉਦੋਂ ਗਰਮੀ ਸ਼ੁਰੂ ਹੋ ਜਾਂਦੀ ਹੈ, ਸ਼ੁਰੂ ਮੈਨੂੰ ਗਰਮੀ ਲੱਗਣੀ ਸ਼ੁਰੂ। ਪਤਾ ਨਹੀਂ ਉਹ ਅਕਾਲ ਪੁਰਖ ਦੀ ਮਤਲਬ ਇੰਨੀ ਤਾਕਤ ਦੇ ਦਿੰਦੇ ਮੈਨੂੰ ਤਿਆਂ। ਮੈਂ ਜਦੋਂ ਫਿਰ ਸਰ ਇਹ 3 ਦਿਨ ਨਹਾਉਣਾ, ਜਦੋਂ ਸਾਹਿਬਜ਼ਾਦਿਆਂ ਦੇ ਉਹਨਾਂ 23-24-25 3 ਦਿਨ ਨਹਾਉਣਾ, 3 ਕੁਇੰਟਲ ਵਰਤ ਨਾਲ, ਉਹ ਮੈਂ ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਛ ਕਰ ਨਹੀਂ ਸਕਦਾ ਵੀ ਉਹਨਾਂ। ਜਦੋਂ ਸਰ ਮੈਂ ਨਹਾ ਰਿਹਾ ਹੁੰਦਾ, ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਖ ਸ਼ਾਖ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ਟ ਨਜ਼ਰ ਆਉਂਦਾ ਹੁੰਦਾ ਜਦੋਂ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੋ ਸ਼ਬਦ ਚੈਨਲ। ਪਿਛਲੇ ਦਿਨੀਂ ਆਪਾਂ ਦੇਖਿਆ ਕਿ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ, ਕਿਸ ਤਰੀਕੇ ਦੇ ਨਾਲ ਪੋਹ ਦੇ ਦਿਹਾੜੇ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜ ਜਾਂਦਾ ਹੈ, ਅਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਚਾਰੇ ਪੁੱਤਰਾਂ ਦੀਆਂ, ਧੰਨ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸ਼ਹਾਦਤ ਹੁੰਦੀ ਹੈ। ਤਾਂ ਉਸ ਦੇ ਸੰਬੰਧ ਵਿੱਚ ਇੱਕ ਵੀਡੀਓ ਪਿਛਲੇ ਦਿਨੀਂ ਬਹੁਤ ਜ਼ਿਆਦਾ ਵਾਇਰਲ ਹੋਈ ਹੈ, ਲਛਮਣ ਦਾਸ ਜੀ ਟੋਨੀ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮਿਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ 3 ਕੁਇੰਟਲ ਬਰਫ਼ ਦੇ ਨਾਲ ਜਿਹੜਾ ਨਹਾਉਂਦੇ ਹੈ, ਪਿਛਲੇ 25 ਸਾਲ ਤੋਂ ਇਹ ਜਿਹੜੀ ਸੇਵਾ ਕਰ ਰਹੇ ਨੇ ਸ਼ਰਧਾ ਦੇ ਦਿਲ ਵਿੱਚ। ਤਾਂ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਕਾਫ਼ੀ, ਤਾਂ ਉੱਥੇ ਕਮੈਂਟ ਜਦੋਂ ਪੜ੍ਹੇ ਅਸੀਂ ਤਾਂ ਸਾਡਾ ਥੋੜ੍ਹਾ ਜਿਹਾ ਮਨ ਉਦਾਸ ਹੋਇਆ। ਉੱਥੇ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ, ਪਰ 10% ਲੋਕ ਸਾਡੇ ਆਪਣੇ ਲੋਕ ਹੁੰਦੇ ਨੇ,
ਜਿਨ੍ਹਾਂ ਨੇ ਕਿਹਾ ਜੀ ਸਰੀਰ ਨੂੰ ਕਸ਼ਟ ਦੇ ਕੇ ਕੀ ਹੋ ਜਾਊਗਾ। ਤਾਂ ਭਰਾਵੋ ਗੱਲ ਤਾਂ ਇਹ ਆ ਵੀ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਹੈ। ਅੱਜ ਇਸ ਵਾਰ ਆਪਾਂ ਦੇਖਿਆ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਤਾਂ ਬਹੁਤ ਲੋਕ ਦੂਰੋਂ ਦੂਰੋਂ ਪੈਦਲ ਚੱਲ ਕੇ ਆਏ। ਆਪਾਂ ਦੇਖਿਆ ਕਿਸੇ ਨੇ ਲੰਗਰਾਂ ਵਿੱਚ ਸੇਵਾ ਕਰਦੇ ਆ, ਕੋਈ ਕਿਸ ਤਰੀਕੇ ਦੀ ਸੇਵਾ ਕਰਦਾ, ਆਪਣੀ ਜਿਹੜੀ ਸ਼ਰਧਾ ਉਹ ਪ੍ਰਗਟਾਉਂਦਾ ਏ। ਤਾਂ ਪਿਛਲੇ ਸਮੇਂ 'ਚ ਦੇਖਦੇ ਹੁੰਦੇ ਸੀ ਆਪਾਂ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਭੁੰਜੇ ਪੈਣਾ ਫਰਸ਼ ਦੇ ਉੱਪਰ ਪੈਂਦੇ ਸੀਗੇ, ਤਾਂ ਸ਼ਰਧਾ ਵੱਖਰੀ ਵੱਖਰੀ ਹਰੇਕ ਤਰੀਕੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ। ਲਕਸ਼ਮਣ ਦਾਸ ਜੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪੂਰੀ ਵੀਡੀਓ ਜ਼ਰੂਰ ਦੇਖਿਓ, ਸ਼ੇਅਰ ਜ਼ਰੂਰ ਕਰਿਓ। ਅੱਜ ਪੂਰੀ ਡਿਟੇਲ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ। ਸਰ ਮੇਰਾ ਨਾਮ ਲਕਸ਼ਮਣ ਦਾਸ ਟੋਨੀ ਸੀਗਾ ਜੀ। ਸਰ ਇਹ ਗੱਲ ਇਸ ਤਰ੍ਹਾਂ ਹੋਈ ਸੀ, ਮੈਂ ਆਪਣੇ ਬੜੀ ਪੁਰਾਣੀ ਗੱਲ ਆ ਜੀ, ਮੇਰੀ 10 ਸਾਲ ਦੀ ਉਮਰ ਸੀਗੀ। ਮੈਂ ਰਾਤ ਨੂੰ ਡੇਲੀ ਆਪਣੇ ਫਾਦਰ ਸਾਹਿਬ ਦੇ ਪੈਰ ਦਬਾਉਂਦਾ ਹੁੰਦਾ ਸੀਗਾ ਜੀ। ਠੀਕ ਹੈ। ਮੇਰੇ ਫਾਦਰ ਸਾਹਿਬ ਸਾਨੂੰ ਰੋਜ਼ ਮਤਲਬ ਧਾਰਮਿਕ ਕਹਾਣੀਆਂ ਸੁਣਾਉਂਦੇ ਸੀ, ਕਦੀ ਰਮਾਇਣ ਬਾਰੇ, ਕਦੀ ਗੀਤਾ ਬਾਰੇ। ਮਤਲਬ ਇੱਕ ਵਾਰੀ ਉਹਨਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ। ਮੈਨੂੰ ਕਹਿੰਦੇ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਮਤਲਬ ਐਡਾ ਬੜਾ ਬਲੀਦਾਨ ਨਾ ਦਿੰਦੇ ਵੀ ਅੱਜ ਇਹ ਹਿੰਦੂ ਕੌਮ ਜਾਂ ਪੰਡਿਤ ਕੌਮ ਹੋਣੀ ਨਹੀਂ ਸੀ। ਮੈਂ ਪੁੱਛਿਆ ਬਾਊ ਜੀ ਨੂੰ, ਮੈਨੂੰ ਬਾਊ ਜੀ ਉਹ ਕਿਉਂ? ਕਹਿੰਦੇ ਇਸ ਤਰ੍ਹਾਂ ਹੈ ਵੀ ਉਸ ਟਾਈਮ ਔਰੰਗਜ਼ੇਬ ਦਾ ਰਾਜ ਸੀ, ਔਰੰਗਜ਼ੇਬ ਜ਼ਬਰਦਸਤੀ ਮਤਲਬ ਧਰਮ ਮਤਲਬ ਬਦਲਦਾ ਸੀਗਾ। ਕਹਿੰਦੇ ਇਸ ਤਰ੍ਹਾਂ ਹੀ ਕੀ ਹੋਇਆ ਕਿ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਆਏ। ਉਹ ਆ ਕੇ ਕਹਿਣ ਲੱਗੇ ਵੀ ਮਹਾਰਾਜ ਸਾਡੇ ਨਾਲ ਇਸ ਤਰ੍ਹਾਂ ਔਰੰਗਜ਼ੇਬ ਸਾਡਾ ਧਰਮ ਬਦਲ ਰਿਹਾ, ਵੀ ਸਾਡੀ ਰੱਖਿਆ ਕੀਤੀ ਜਾਵੇ। ਉਦੋਂ ਕਹਿੰਦੇ ਫਾਦਰ ਸਾਹਿਬ ਕਹਿੰਦੇ ਵੀ ਟੋਣੀ, ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪਏਗੀ, ਜੋ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ, ਉਹ ਪਾਸ ਖੜ੍ਹੇ ਸੀ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੀ ਮਹਾਰਾਜ ਤੁਹਾਡੇ ਤੋਂ ਵੱਡਾ ਕੌਣ ਹੋਏਗਾ? ਮੇਰੇ ਫਾਦਰ ਸਾਹਿਬ ਕਹਿੰਦੇ ਵੀ ਉਸੀ ਵਕਤ ਨਾ ਜੀ ਵੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ 'ਤੇ ਬਿਠਾਇਆ, ਗੁਰੂ ਤੇਗ ਬਹਾਦਰ ਜੀ ਉਹ ਕਸ਼ਮੀਰੀ ਪੰਡਿਤਾਂ ਦੇ ਨਾਲ ਉੱਠ ਕੇ ਚਲੇ ਗਏ। ਅਤੇ ਉਸ ਤੋਂ ਬਾਅਦ ਇਹਨਾਂ ਦਾ ਬਹੁਤ ਜ਼ਿਆਦਾ ਸਰ ਜਦੋਂ ਹੋਇਆ ਵੀ ਸਰਸਾ ਨਦੀ ਦੇ ਵਿੱਚ ਆ ਕੇ ਛੋਟੇ ਸਾਹਿਬਜ਼ਾਦੇ ਮਤਲਬ ਮਾਤਾ ਗੁਜਰੀ ਦੇ ਨਾਲ ਆ ਕੇ ਨਾ ਵਿਛੜ ਗਏ, ਤਾਂ ਕਹਿੰਦੇ ਹੁਣ ਤਾਂ ਕੁਛ ਵੀ ਨਹੀਂ, ਕਹਿੰਦੇ ਉਦੋਂ ਸਰਦੀ ਬਹੁਤ ਪੈਂਦੀ ਹੁੰਦੀ ਸੀ। ਠੀਕ ਹੈ ਜੀ। ਉਦੋਂ ਕਹਿੰਦੇ ਇਹਨਾਂ ਦੇ ਪੂਰੇ ਕੱਪੜੇ ਮਤਲਬ ਗਿੱਲੇ ਹੋ ਗਏ, ਕੱਪੜੇ ਬਦਲਣ ਵਾਸਤੇ ਵੀ ਜਗ੍ਹਾ ਨਹੀਂ ਸੀ। ਅਤੇ ਕਹਿੰਦੇ ਵੀ ਜਦੋਂ ਇਹ ਆਏ ਮਤਲਬ ਇਹਨਾਂ ਨੇ ਔਰੰਗਜ਼ੇਬ ਨੇ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਜਿਹੜਾ ਅਨੰਦਪੁਰ ਸਾਹਿਬ ਇਹਦੇ ਦਾ ਫਤਿਹਗੜ੍ਹ ਸਾਹਿਬ ਦਾ ਉਹ ਸੀਗਾ, ਉਹਨਾਂ ਨੇ ਇਹਨਾਂ ਨੂੰ ਬੜੇ ਵੱਡੇ ਵੱਡੇ ਉਹ ਦਿੱਤੇ ਵੀ ਇਹ ਡਾਮਾਡੋਲ ਹੋ ਜਾਵੇ। ਹਾਂ ਵੀ ਇਹ ਮਤਲਬ ਹੋਈ ਨਹੀਂ। ਉਹ ਮਾਤਾ ਗੁਜਰੀ ਜੀ ਨੇ ਮਤਲਬ ਇਸ ਤਰ੍ਹਾਂ ਦਾ ਉਹਨਾਂ ਨੂੰ ਸ਼ਿਕਸ਼ਾ ਦਿੱਤੀ ਵੀ ਸੀਗੀ ਵੀ ਤੁਹਾਨੂੰ ਡੋਲਣਾ ਨਹੀਂਗਾ। ਅਤੇ ਉਹ ਸਰ ਜਦੋਂ ਕੀ ਹੋਇਆ, ਉਹਨਾਂ ਨੂੰ ਬੁਰਜ ਦੇ ਵਿੱਚ ਬਿਠਾਇਆ, ਦੂਜੇ ਦਿਨ ਜਦੋਂ ਉਹਨਾਂ ਨੂੰ ਜਿੰਦਾ ਮਤਲਬ ਦੀਵਾਰ ਦੇ ਵਿੱਚ ਕੀਤਾ, ਤਾਂ ਸਰ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਨਾ ਮਤਲਬ ਚੱਪਣੀ ਬਾਹਰ ਰਹਿ ਰਹੀ ਸੀਗੀ, ਮਤਲਬ ਦੀਵਾਰ ਟੇਢੀ ਬਣ ਗਈ। ਕਹਿੰਦੇ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ, ਉਹ ਕਹਿੰਦਾ ਵੀ ਆਹ ਤੂੰ ਕੀ ਕਰਨ ਲੱਗਿਆ? ਉਹ ਕਹਿੰਦਾ ਵੀ ਇਹ ਕੰਧ ਇਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚੱਪਣੀ ਮਤਲਬ ਬਾਹਰ ਹੈ। ਉਹ ਕਹਿੰਦੇ ਚੱਪਣੀ ਘੱਟ ਦਿਉ। ਫਾਦਰ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਾਹਿਬਜ਼ਾਦੇ ਨੇ ਤੇਸੀ ਮਤਲਬ ਘੱਟਦੀ ਸੀ, ਦੀਵਾਰ ਸਿੱਧੀ ਕੀਤੀ। ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਛ ਕੀਤਾ, ਅਸੀਂ ਤਾਂ ਕੁਛ ਵੀ ਨਹੀਂ ਹੋਏ। ਸਰ ਉਸ ਟਾਈਮ ਤੋਂ ਨਾ ਮੈਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਮਤਲਬ ਕਰਾਂ। ਸਰ ਐਵੇਂ ਸੀ, ਲੋਕ ਲੰਗਰ ਲਾਉਂਦੇ ਆ, ਗਰਮ ਕੱਪੜੇ ਵੰਡਦੇ ਆ, ਬਹੁਤ ਕੁਛ ਕਰਦੇ ਆ, ਤਾਂ ਮੈਂ ਇਸ ਯੋਗ ਨਹੀਂ ਸੀਗਾ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਸਿੱਖਿਆ ਮਾਰਾਂ ਵੀ ਇਹਦਾ, ਅਸੀਂ ਬਹੁਤ ਇੱਕ ਮੀਡੀਆ ਮਤਲਬ ਦਰਮਿਆਨੀ ਉਹਨੂੰ ਫੈਮਿਲੀ ਨੂੰ ਮਤਲਬ ਬਿਲੋਂਗ ਕਰਦੇ ਸੀ। ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ
ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਇੱਕ ਲਹਿਦਾ ਮੈਂ ਇੱਕ ਉਸ ਟਾਈਮ ਹੀ ਫਾਦਰ ਦੇ ਪੈਰ ਦਵਾਉਂਦੇ ਦਵਾਉਂਦੇ ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਲਬ ਬਰਫ਼ ਦੇ ਨਾਲ ਨਹਾਈ ਕਰਾਂਗਾ ਜੀ। ਮੈਂ ਸਰ ਜਦੋਂ ਫਸਟ ਟਾਈਮ ਬਰਫ਼ ਲੈ ਕੇ ਆਇਆ ਤਾਂ ਰਾਤ ਨੂੰ ਜਦੋਂ ਬਰਫ਼ ਲੈ ਕੇ ਆਇਆ ਤਾਂ ਸਾਡਾ ਪੁਰਾਣਾ ਲਾਲ ਬਾਗ ਦੇ ਵਿੱਚ ਘਰ ਸੀਗਾ ਪਟਿਆਲੇ ਓਲਡ ਲਾਲ ਬਾਗ ਦੇ ਵਿੱਚ, ਤਾਂ ਮੇਰੀ ਮਦਰ ਕਹਿਣ ਲੱਗੇ ਵੀ ਤੂੰ ਆਹ ਬਰਫ਼ ਕਿਉਂ ਲੈ ਕੇ ਆਇਆ ਬਈ। ਮੈਂ ਕਿਹਾ ਬੀਬੀ ਵੈਸੇ ਲੈ ਕੇ ਆਇਆ। ਕਹਿੰਦੇ ਨਹੀਂ ਤੂੰ ਗੱਲ ਦੱਸ ਕਿਉਂ ਲੈ ਕੇ ਆਇਆ। ਮੈਨੂੰ ਵੀ ਮੈਨੂੰ ਗਰਮੀ ਲੱਗਦੀ ਆ, ਹਾਂਜੀ ਉਦੋਂ ਵੀ 3 ਕੁਆਂਟਲ, ਅਤੇ ਮੈਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ, ਤੈਨੂੰ ਲੈਦਾ ਤੇਰੇ ਭਾਅ ਦੀ ਗਰਮੀ ਤੈਨੂੰ ਪੈ ਰਹੀ, ਇੰਨੀ ਠੰਡ ਪੈ ਰਹੀ ਆ। ਤਾਂ ਮੈਂ ਕਿਹਾ ਨਹੀਂ, ਮੈਨੂੰ ਕਹਿੰਦੇ ਵੀ ਤੈਨੂੰ ਨਮੋਨੀਆ ਹੋਜੂ, ਤੈਨੂੰ ਮਤਲਬ ਉਹ ਦਿੱਕਤ ਆਜੂਗੀ ਕੋਈ। ਮੈਂ ਕਿਹਾ ਕੁਛ ਨਹੀਂ ਹੁੰਦਾ। ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮੈਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ, ਕਿਉਂ ਕੀ ਚਾਹੁੰਦਾ ਹੈ ਤੂੰ। ਤਾਂ ਉਹਨਾਂ ਨੇ ਨਾ, ਮੈਂ ਇਸ ਤਰ੍ਹਾਂ ਪਟੜੇ ਦੇ ਉੱਤੇ ਬੈਠਾ ਸੀ, ਨਹਾਉਣ ਦੀ ਤਿਆਰੀ ਕਰ ਰਿਹਾ ਸੀਗਾ, ਟੱਪ ਮੇਰੇ ਭਰੇ ਹੋਏ ਸੀ ਪਾਣੀ ਦੇ ਬਰਫ਼ ਦੇ ਨਾਲ। ਤਾਂ ਜੀ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਰੱਖ ਕੇ ਮੈਨੂੰ ਕਸਮ ਖਿਲਾਈ। ਮੈਨੂੰ ਕਹਿੰਦੇ ਤੂੰ ਚਾਹੁੰਦਾ ਕੀ ਹੈ, ਮੈਨੂੰ ਗੱਲ ਦੱਸ ਕੀ ਗੱਲ। ਫਿਰ ਮੇਰੇ ਅੱਖਾਂ 'ਚੋਂ ਉਸ ਟਾਈਮ ਅੰਜੂ ਆ ਗਏ ਸੀ। ਮੈਂ ਆਪਣੇ ਮਦਰ ਨੂੰ ਕਿਹਾ, ਦੇਖ ਬੀਬੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ, ਇਹ ਰਾਜ ਰਾਜ ਹੀ ਰਹਿਣ ਦੀ, ਤਾਂ ਮੈਂ ਛੋਟੇ ਸਾਹਿਬਜ਼ਾਦਿਆਂ ਕਰਕੇ ਮਤਲਬ ਉਹ ਕਰਦਾ ਵੀ ਉਹਨਾਂ ਸਾਡੇ ਲਈ ਇੰਨਾ ਕੀਤਾ ਵੀ। ਉਸ ਟਾਈਮ ਮਦਰ ਨੂੰ ਵੀ ਬੜਾ ਉਹ ਹੋਇਆ। ਮੈਨੂੰ ਕਹਿੰਦੇ ਤੂੰ ਹੋਰ ਕੁਛ ਕਰ ਲਾ ਵੀ ਕੱਲ੍ਹ ਨੂੰ ਬਿਮਾਰ ਹੋ ਜਾਂ। ਮੈਂ ਕਿਹਾ ਨਹੀਂ ਮੰਨੂਗਾ। ਉਹ ਸਰ ਤੁਸੀਂ ਯਕੀਨ ਨਹੀਂ ਕਰਨਾ ਵੀ ਜਦੋਂ ਮਤਲਬ ਇਹ 10-11 ਤਰੀਕ ਹੁੰਦੀ ਆ, 8-9 ਤਰੀਕ ਹੁੰਦੀ ਆ, ਉਦੋਂ ਮੈਨੂੰ ਉਹ ਦਿਨਾਂ ਦੇ ਵਿੱਚ ਇਹ ਦਿਨਾਂ ਦੇ ਵਿੱਚ ਆ ਕੇ ਨਾ ਬਹੁਤ ਜ਼ਿਆਦਾ ਠੰਡ ਲੱਗਦੀ ਆ, ਮਤਲਬ ਸਾਹਿਬਜ਼ਾਦਿਆਂ ਦੇ ਟਾਈਮ ਤੋਂ ਪਹਿਲਾਂ, ਜਿਵੇਂ 8 ਤਰੀਕ ਆ ਗਈ, 9 ਤਰੀਕ ਆ ਗਈ, ਉਦੋਂ ਉਦੋਂ ਮੈਂ ਕਈ ਵਾਰ ਘਰਦਿਆਂ ਨੂੰ ਕਹਿ ਦਿੰਦਾ ਵੀ ਮੇਰੇ 'ਤੇ ਇੱਕ ਰਜਾਈ ਹੋਰ ਦੇ ਦਿਓ ਯਾਰ, ਮੈਨੂੰ ਠੰਡ ਲੱਗ ਰਹੀ ਹੈ। 8-9 ਤਰੀਕ ਮਤਲਬ ਦਸੰਬਰ ਦਾ ਮਹੀਨਾ ਆਉਂਦਾ, 8-9 ਤਰੀਕ ਆਉਂਦੀ ਹੈ ਤਾਂ ਠੰਡ ਵੱਧ ਜਾਂਦੀ ਆ। ਹਾਂਜੀ ਠੰਡ ਵੱਧ ਜਾਂਦੀ, ਉਦੋਂ ਮੈਨੂੰ ਇੱਕ ਦਿਨ ਹੀ ਲੱਗਦੀ ਹੈ ਜੀ, ਇੱਕ ਦਿਨ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ 20-21 ਤਰੀਕ ਆਉਂਦੀ ਆ, 24-25 20 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾਮੁਖੀ ਜਿਵੇਂ ਹੁੰਦੀ ਹੈ ਨਾ, ਮੈਂ ਇੱਕ ਟੀ ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦਾ ਜੀ। ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਛ ਕਰ ਨਹੀਂ ਸਕਦਾ ਵੀ ਉਹਨਾਂ, ਜਦੋਂ ਸਰ ਮੈਂ ਨਹਾ ਰਿਹਾ ਹੁੰਦਾ ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਕ ਸ਼ਾਕ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ਟ ਨਜ਼ਰ ਆਉਂਦਾ ਹੁੰਦਾ ਜਦੋਂ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦੇ। ਮਤਲਬ ਮੈਂ ਕਿਸੇ ਨੂੰ ਦਾਦਾ, ਮੈਂ ਇੱਥੇ ਤੱਕ ਵੀ ਮਿਸ ਨੂੰ ਵੀ ਅੰਦਰ ਕਮਰੇ ਦੇ ਵਿੱਚ ਬੰਦ ਕਰਕੇ ਨਾ ਵਿਹੜੇ ਦੇ ਵਿੱਚ ਜੋ ਨਹਾ ਰਿਹਾ ਵੀ ਮੈਨੂੰ ਬਾਹਰ ਆ ਕੇ ਕੋਈ ਡਿਸਟਰਬ ਨਾ ਕਰੇ। ਇਹ ਵੀ ਸਰ ਪਤਾ ਨਹੀਂ ਹੈ ਮੀਡੀਆ ਵਾਲਿਆਂ ਨੂੰ ਇਸ ਵਾਰੀ ਕਿਵੇਂ ਭਣਕ ਲੱਗੀ ਵੀ ਇਹਨਾਂ ਨੇ ਮੇਰੀ ਵੀਡੀਓ, ਮਤਲਬ ਨਹੀਂ ਤਾਂ ਮੇਰੀ ਇਹ ਗੁਪਤ ਸੀਗਾ, ਸਿਰਫ ਇੱਕ ਮੇਰੀ ਮਦਰ ਨੂੰ ਪਤਾ ਸੀਗਾ, ਹੋਰ ਤੱਕ ਮੇਰੇ ਕਿਸੇ ਨਾ ਜੀ ਨਾ, ਮੇਰੇ ਮਦਰ ਤੋਂ ਬਿਨਾਂ ਹੋਰ ਕਿਸੇ ਬੰਦੇ ਨੂੰ ਵੀ ਮਤਲਬ ਖਬਰ ਨਹੀਂ ਸੀ ਵੀ ਕਿਉਂ। ਬਸ ਮੈਂ ਉਹਨਾਂ ਨੂੰ ਇਹੀ ਕਹਿੰਦਾ ਮੈਨੂੰ ਗਰਮੀ ਲੱਗਦੀ ਆ, ਬਸ ਮੈਂ ਕਦੀ ਵੀ, ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਛੋਟਾ ਸੀ ਵੀ ਅਗਰ ਤੂੰ ਸੱਜੇ ਹੱਥ ਨਾਲ ਕੋਈ ਦਾਨ ਕਰ ਰਿਹਾ ਵੀ ਤੇਰੇ ਖੱਬੇ ਹੱਥ ਨੂੰ ਖਬਰ ਨਹੀਂ ਹੋਣੀ ਚੰਨਾ, ਅਗਰ ਤੇਰਾ ਪਤਾ ਲੱਗ ਗਿਆ ਵੀ ਇਹ ਹੋਆ। ਮੈਂ ਸਰ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਉਹ ਦਿਨ ਜਦੋਂ ਮਤਲਬ ਮੇਰੀ ਵੀਡੀਓ ਹੋਈ ਮੈਂ ਬੜਾ ਰੋਇਆ ਸੀਗਾ ਵੀ ਸੱਚੇ ਪਾਤਸ਼ਾਹ ਮਾਲਕਾ ਤੂੰ ਇਹ ਕੀ। ਉਹ ਫਿਰ ਮੈਨੂੰ ਇਹਨਾਂ ਨੇ ਦੱਸਿਆ ਵੀ ਦੇਖੋ ਇਹ ਜੋ ਉਸ ਮਾਲਕ ਨੂੰ ਮਨਜ਼ੂਰ ਹੁੰਦਾ ਨਾ ਇਹ ਉਹੀ ਆ, ਉਹ ਹੋ ਸਕਦਾ ਇਹਦੇ ਮੈਂ ਕੋਈ ਅੱਛਾ ਹੀ ਹੋਵੇ। ਮੈਂ ਬਚਪਨ ਤੋਂ ਵੈਸੇ ਹਨੂੰਮਾਨ ਜੀ ਦੀ ਪੂਜਾ ਕਰਦਾ ਆ ਰਿਹਾ, ਉਹਨਾਂ ਦੇ ਵਰਤ ਰੱਖਦਾ ਸੀਗਾ, ਹੁਣ ਵੀ ਮੈਂ ਰੱਖਦਾ, ਐਸੀ ਗੱਲ ਨਹੀਂ ਹੈ, ਮਗਰ ਮੈਂ ਸਾਰੇ ਧਰਮਾਂ ਨੂੰ ਮਤਲਬ ਇੱਜ਼ਤ ਕਰਦਾ ਜੀ, ਮਤਲਬ ਮੰਨਦਾ। ਅਤੇ ਇਹਦੇ ਨਾਲ ਕੀ ਆ ਜੀ, ਮਤਲਬ ਇਹ ਦਿਨਾਂ ਦੇ ਵਿੱਚ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਦਰ ਗੁਰਦੁਆਰੇ ਜਾ ਕੇ ਮੈਂ ਮਤਲਬ ਬਹੁਤ ਜ਼ਿਆਦਾ ਮਤਲਬ ਕਰਦਾ ਜੀ। ਠੀਕ ਹੈ ਜੀ, ਆਪਾਂ ਜੇ ਗੱਲ ਕਰ ਲਈਏ ਹੁਣ ਤੁਹਾਡਾ ਦੇਖਿਆ ਅਸੀਂ ਵੀਡੀਓ, ਉਸ ਤੋਂ ਬਾਅਦ ਵੀ ਇਹ ਨੇ ਵੀ ਗੁਰਦੁਆਰਾ ਸਾਹਿਬ ਵਿੱਚ ਸਨਮਾਨ ਵੀ ਹੋ ਰਿਹਾ ਹੈ ਨਾ,
ਕਿੱਥੇ ਕਿੱਥੇ ਹੋਇਆ ਜੀ? ਸਰ ਮੈਨੂੰ ਨਾ ਇਹ ਮੋਤੀ ਇਹ ਰਾਘੋ ਮਾਜਰੇ ਆ, ਉੱਥੇ ਉਹਨਾਂ ਨੇ ਮੈਨੂੰ ਇੱਕ ਗੋਲਡੀ ਜੀ ਆ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ। ਤਾਂ ਬੜਾ ਮੈਨੂੰ ਕੱਲ੍ਹ ਵੀ ਬੁਲਾਇਆ ਸੀਗਾ ਸਰ, ਕੱਲ੍ਹ ਕੋਈ ਰਿਲੇਟਿਵ ਵਗੈਰਾ ਆ ਗਏ ਮੈਂ ਜਾ ਨਹੀਂ ਸਕਿਆ ਜੀ। ਤਾਂ ਮੈਂ ਤਾਂ ਸਰ ਮਤਲਬ ਇਹ ਗੁਪਤ ਰੱਖਣਾ ਚਾਹੁੰਦਾ ਸੀ, ਮਤਲਬ ਪਤਾ ਨਹੀਂ ਹੁਣ ਸੱਚੇ ਪਾਤਸ਼ਾਹ ਕਿਵੇਂ। ਤੁਸੀਂ ਇੱਕ ਸੇਧ ਦੇ ਰਹੇ ਹੋ ਹੈ ਨਾ, ਵੀ ਵਾਹਿਗੁਰੂ ਤੁਹਾਨੂੰ ਅੱਗੇ ਲੈ ਕੇ ਆਉਂਦਾ ਹੈ ਨਾ, ਵੀ ਚੰਗੇ ਕਰਮ ਕਰਦੇ ਹੋ ਹੈ ਨਾ, ਚਲੋ ਵਧੀਆ ਗੱਲ ਆ। ਅਤੇ ਇਹ ਇੱਕ ਨਾ ਮੈਂ ਥੋੜ੍ਹੀ ਪਹਿਲਾਂ ਜਿਵੇਂ ਗੱਲ ਕੀਤੀ, ਜਦੋਂ ਵੀਡੀਓ ਪਈ ਆ ਤੁਹਾਡੀ ਵਾਇਰਲ ਹੋਈਆਂ ਨੇ, ਥੋੜ੍ਹੇ ਕੁਛ ਪਰਸੈਂਟ ਲੋਕ ਸੀ ਜਿਨ੍ਹਾਂ ਨੇ ਮਤਲਬ ਗਲਤ ਮਲਤ ਕਮੈਂਟ ਕੀਤੇ, ਕਈਆਂ ਨੇ ਇਹ ਵੀ ਕਿਹਾ ਵੀ ਦੇਖਿਓ ਨਹਾਉਣ ਤੋਂ ਬਾਅਦ ਇਹਦਾ ਕੀ ਬਣੂਗਾ। ਮੈਂ ਦੋਸਤੋ ਕਹਿਣਾ ਚਾਹੁੰਦਾ, ਆਹ ਦੇਖ ਲਓ ਅੱਜ ਤਰੀਕ 3 ਹੋ ਗਈ ਮਤਲਬ, ਹਾਂਜੀ 2 ਤਰੀਕ ਅੱਜ ਜੀ, 2 ਜਨਵਰੀ, ਤੁਸੀਂ ਦੇਖ ਸਕਦੇ ਹੋ ਪੂਰੇ ਸਹੀ ਸਲਾਮਤ ਨੇ। ਵਾਹਿਗੁਰੂ ਦੀ ਕਿਰਪਾ ਜੀ ਪੂਰੀ। ਜਿਹੜੇ ਕਹਿੰਦੇ ਸੀ ਨਾ ਗਲਤ ਮਲਤ ਕਮੈਂਟ ਕਰਦੇ ਸੀਗੇ ਵੀ ਠੰਡ ਨਾਲ ਆਏ ਹੋਜੂਗਾ, ਨਮੂਨੀਆ ਹੋਜੂ, ਇਹ ਹੋਜੂ, ਤਾਂ ਅੱਜ ਖੜ੍ਹੇ ਨੇ। ਅਤੇ ਉਹਨਾਂ ਨੂੰ ਕਿੱਦਾਂ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਮੈਂ ਅੱਛਾ ਕੰਮ ਪਰਮਾਤਮਾ ਵਾਹਿਗੁਰੂ ਜੀ ਛੋਟੇ ਸਾਹਿਬਜ਼ਾਦੇ ਸਾਡੇ ਤੋਂ ਕਰਵਾ ਰਹੇ ਆ, ਅਤੇ ਮੈਂ ਕਿਹੜਾ ਮਤਲਬ ਇਹ ਮੀਡੀਆ 'ਚ ਆਣ ਕਰਕੇ ਮਤਲਬ ਕੀਤਾ ਸੀ, ਮੇਰਾ ਤਾਂ ਇੱਕ ਗੁਪਤ ਸੇਵਾ ਸੀ ਮਤਲਬ ਜੋ ਕਰ ਹਰ ਬੰਦਾ ਕਰਦਾ। ਹੁਣ ਕਈ ਵਾਰ ਸਰ ਇਸ ਤਰ੍ਹਾਂ ਹੁੰਦਾ ਵੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ, ਉਹ ਸੋਚ ਕਿਸ ਹਿਸਾਬ ਨਾਲ ਲੈ ਕੇ ਜਾ ਰਹੇ ਹਾਂ। ਜੋ ਮੇਰੀ ਸੋਚ ਸੀਗੀ ਮੇਰੇ ਮਤਲਬ ਮੈਨੂੰ ਵਿਰਾਸਤ 'ਚੋਂ ਮੇਰੇ ਮਾਂ ਬਾਪ ਤੋਂ ਮੈਨੂੰ ਜੋ ਸ਼ਿਕਸ਼ਾ ਮਿਲੀ ਆ ਗੁਰੂ ਸਾਹਿਬ ਵਾਸਤੇ, ਮੈਂ ਉਸ ਤਰ੍ਹਾਂ ਸਰ ਕਰ ਰਿਹਾ ਜੀ। ਠੀਕ ਹੈ ਜੀ, ਮਤਲਬ ਇਹ ਆਪਣੇ ਹਰ ਬੰਦੇ ਦੀ ਆਪਣੀ ਆਪਣੀ ਹੁਣ ਸਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰ ਤਾਂ ਅਸੀਂ ਫਰਾਈਡੇ ਨੂੰ ਦੁੱਖ ਨਿਵਾਰਨ ਸਾਹਿਬ ਹੁੰਦੇ ਜੀ ਅਸੀਂ, ਮੈਂ ਹਾਂ ਸ਼ੁਕਰਵਾਰ ਨੂੰ ਮੈਂ ਅਤੇ ਮੇਰਾ ਬੇਟਾ ਹੁੰਦਾ, ਉਹ ਸਾਡੇ ਤੋਂ ਜੋਰ ਸ਼ਰਦਾ ਅਸੀਂ ਦੁੱਧ ਨਾਲ ਮਤਲਬ ਉੱਥੇ ਇਸ਼ਨਾਨ ਕਰਾਉਂਦੇ ਹਾਂ ਜੀ। ਤਾਂ ਕਈ ਬੰਦੇ ਤਾਂ ਇਹ ਵੀ ਕਹਿੰਦੇ ਵੀ ਉਹ ਦੁੱਧ ਕਿਉਂ ਜ਼ਾਹਰ ਕਰਦੇ ਹੋ ਤੁਸੀਂ, ਇਹੀ ਦੁੱਧ ਹੋਗਾ। ਮੈਂ ਕਹਿੰਦਾ ਜੀ ਸਰ ਦੇਖੋ ਉਹਨਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ, ਅਸੀਂ ਕਿਉਂ ਜੀ ਉਹਨਾਂ ਦਾ ਦੇਣਾ। ਤਾਂ ਸਾਹਿਬ ਮੈਂ ਤਾਂ ਕਿਹਾ ਪੂਰੀ ਦੁਨੀਆ ਦਾ ਕੋਈ ਮਤਲਬ ਬੰਦਾ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਤੇਗ ਬਹਾਦਰ ਛੋਟੇ ਸਾਹਿਬਜ਼ਾਦਿਆਂ ਦਾ ਕੋਈ ਦੇਣਾ ਦੇ ਦੂਗਾ। ਮੈਂ ਕਹਿੰਦਾ ਸਰ ਆਪਣੇ ਬੱਚੇ ਦੇ ਠੋਕਰ ਲਾ ਜੀ, ਕੋਈ ਥੱਪੜ ਮਾਰ ਦੇ, ਅਸੀਂ ਮਰਨ ਮਾਰਨ ਤੱਕ ਜਾਂਦੇ ਹਾਂ। ਉਹਨਾਂ ਨੇ ਸਾਡੇ ਲਈ ਪੂਰਾ ਟੱਬਰੀ ਮਤਲਬ ਪੂਰੀ ਕੌਮ ਉਹ ਕਰ ਦਈਏ ਜੀ, ਅਸੀਂ ਕਿਸ ਤਰ੍ਹਾਂ ਉਹਨਾਂ ਦਾ ਦੇਣਾ ਦੇ ਦੇਈਏ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਸਰ, ਵੀ ਜੇ ਤੁਹਾਡੇ ਉਹਨਾਂ ਤੱਕ ਬੰਦਿਆਂ ਤੱਕ ਪਹੁੰਚੇ ਵੀ ਸਰ ਜਦੋਂ ਸਾਹਿਬਜ਼ਾਦਿਆਂ ਦੇ ਦਿਨ ਆਉਂਦੇ ਆ ਫਤਿਹਗੜ੍ਹ ਸਾਹਿਬ ਦੇ, ਲੋਕ ਕੁਛ ਲੋਕ ਕਹਿੰਦੇ ਵੀ ਅਸੀਂ ਮੇਲਾ ਦੇਖਣ ਚੱਲੇ ਹਾਂ, ਉਹ ਸਰ ਮੇਲਾ ਨਹੀਂ ਹੈਗਾ ਸਰ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈਓ, ਉਹ ਮੇਲਾ ਨਹੀਂ, ਉਹ ਤਾਂ ਸਾਡੇ ਸਾਹਿਬਜ਼ਾਦਿਆਂ ਦਾ ਮਤਲਬ ਉਹ ਆ ਸੰਧਾਨੀ ਆ, ਉਹਨਾਂ ਨੇ ਸਾਡੇ ਲਈ ਹਾਂ ਇੰਨਾ ਕੁਛ। ਤਾਂ ਜਿਵੇਂ ਸਾਡੇ ਘਰ ਦਾ ਕੋਈ ਜੀ ਚੱਲ ਜਾਂਦਾ ਅਸੀਂ ਬੜੇ ਅਫਸੋਸ 'ਚ ਬੈਠੇ ਹੁੰਦੇ ਹਾਂ, ਬੜਾ ਮਤਲਬ ਕਰ ਰਹੇ ਹਾਂ, ਤਾਂ ਅਸੀਂ ਉਹਨੂੰ ਮੇਲਾ ਨਹੀਂ ਕਹਿ ਸਕਦੇ। ਉਹ ਤਾਂ ਸਾਡੇ ਲਈ ਉਹ ਆ ਵੀ ਤੁਸੀਂ ਟਰੈਕਟਰਾਂ ਉੱਤੇ ਗਾਣੇ ਲਾਏ ਵੀ ਹੁੰਦੇ ਆ, ਨੱਚਦੇ ਟੱਪਦੇ ਆ, ਵੀ ਇਹ ਕੰਮ ਨਾ ਕਰੋ ਇਹ ਦਿਨਾਂ ਦੇ ਵਿੱਚ, ਹਫ਼ਤਾ ਮਤਲਬ ਤੁਸੀਂ ਇਹ ਕੰਮ ਨਾ ਕਰੋ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਬੇਨਤੀ ਬਹੁਤ ਜ਼ਰੂਰੀ ਵੀ